ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਏਕ ਨੂਰ ਮੀਡੀਆ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਇਸ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ ਦੇ 12 ਭਾਗਾਂ ਦੀ ਸਾਂਝ ਪਾ ਚੁੱਕੇ ਹਾਂ। ਅੱਜ 13ਵਾਂ ਭਾਗ ਹੈ, ਸ਼ੁਰੂ ਕਰਦੇ ਹਾਂ। ਅੱਗੇ ਸਾਖੀ ਇੱਕ ਅਤੀਤ ਸਾਧ ਨਾਲ ਹੋਈ। ਇੱਕ ਦਿਨ ਦੀ ਬਾਤ ਹੈ ਜੋ ਸ੍ਰੀ ਗੁਰੂ ਨਾਨਕ ਜੀ 20 ਬਰਸ ਦੇ ਹੋਏ ਤਾਂ ਸ੍ਰੀ ਗੁਰੂ ਨਾਨਕ ਜੀ ਦੀ ਉਹਾ ਚਾਲੀ ਆਹੀ, ਜਿਸ ਪਾਸੋਂ ਇੱਛਾ ਹੋਵੇ ਉਸੇ ਪਾਸੇ ਚਲੇ ਜਾਵਣ, ਜਿੱਥੇ ਬੈਠਣ ਉੱਥੇ ਹੀ ਬੈਠੇ ਰਹਿਣ। ਇਸੇ ਤਰ੍ਹਾਂ ਸਮਾਂ ਬਿਤਾਇਆ ਹੈ। ਇੱਕ ਦਿਨ ਇੱਕ ਅਤੀਤ ਸ਼ਹਿਰ ਦੇ ਬਾਹਰ ਆਏ ਬੈਠਾ ਤਾਂ ਉਸਦੇ ਪਾਸ ਗੁਰੂ ਨਾਨਕ ਜੀ ਸਹਿਜ ਸੁਭਾਏ ਜਾ ਬੈਠੇ ਤਾਂ ਨਾਨਕ ਜੀ ਦੇ ਹੱਥ ਵਿੱਚ ਉਸ ਵੇਲੇ ਇੱਕ ਗੜਵਾ ਆਹਾ ਅਤੇ ਇੱਕ ਛਾਪ ਸਵਰਨ ਵੀ ਹੱਥ ਵਿੱਚ ਸੀ। ਤਾਂ ਅਤੀਤ ਨੇ ਗੁਰੂ ਨਾਨਕ ਜੀ ਨੂੰ ਪੁੱਛਿਆ, ਅਰੇ ਬਾਲਕੇ, ਤੂੰ ਕੌਣ ਹੁੰਦਾ ਹੈ ਅਤੇ ਤੇਰਾ ਨਾਂ ਕਿਆ ਹੈ? ਤਾਂ ਸ੍ਰੀ ਗੁਰੂ ਨਾਨਕ ਜੀ ਨੇ ਕਿਹਾ, ਹੇ ਸਾਧ ਜੀ, ਮੇਰਾ ਨਾਂ ਤਾਂ ਨਾਨਕ ਨਿਰੰਕਾਰੀ ਹੈ ਅਤੇ ਖੱਤਰੀ ਹੁੰਦਾ ਹਾਂ। ਤਾਂ ਫਿਰ ਅਤੀਤ ਨੇ ਕਿਹਾ, ਹੇ ਨਾਨਕ ਜੀ, ਤੂੰ ਵੀ ਨਿਰੰਕਾਰੀ ਹੋ ਔਰ ਹਮ ਵੀ ਨਿਰੰਕਾਰ ਦੇ ਹੈ, ਕੁਝ ਖਾਣ ਨੂੰ ਦੇਹੋ। ਗੁਰੂ ਨਾਨਕ ਜੀ ਨੇ ਛਾਪ ਅਤੇ ਗੜਵਾ ਅਤੀਤ ਦੇ ਅੱਗੇ ਰੱਖ ਦਿੱਤਾ। ਅਤੀਤ ਨੇ ਕਿਹਾ, ਅਰੇ ਨਾਨਕ, ਇਹ ਛਾਪ ਗੜਵਾ ਹਮਕੋ ਪਹੁੰਚ ਗਿਆ ਹੈ, ਇਹ ਤੂੰ ਆਪਣੇ ਹੀ ਪਾਸ ਰਹਿਣ ਦੇ। ਤੂੰ ਗੁਰੂ ਨਾਨਕ ਜੀ ਕਹਿਆ, ਹੇ ਦੇਵਤਾ ਜੀ, ਮੁੱਖ ਸਿਉਂ ਥੂਕ ਜੋ ਡਾਰੀ ਦੀ ਹੈ ਉਹ ਫਿਰ ਉਠਾਈ ਤੀ ਨਹੀਂ। ਤਾਂ ਫਿਰ ਅਤੀਤ ਕਿਹਾ, ਅਰੇ ਨਾਨਕ, ਤੂੰ ਅਸਲੀ ਨਿਰੰਕਾਰੀ ਹੈ, ਹਮ ਨਕਲੀ ਨਿਰੰਕਾਰੀ ਹੈ। ਤਾਂ ਫਿਰ ਗੁਰੂ ਨਾਨਕ ਜੀ ਆਪਣੇ ਘਰ ਉੱਠ ਆਇਆ ਔਰ ਉਹ ਅਤੀਤ ਗੜਵਾ ਔਰ ਛਾਪ ਲੈ ਕਰ ਚੱਲਦਾ ਰਿਹਾ। ਤਾਂ ਕਾਲੂ ਗੁਰੂ ਨਾਨਕ ਜੀ ਨੂੰ ਘਰ ਆਏ ਨੂੰ ਦੇਖ ਕਰ ਪੁੱਛਣ ਲੱਗਾ, ਆਵੋ ਨਾਨਕ, ਗੜਵਾ ਔਰ ਛਾਪ ਕਿੱਥੇ ਹੈ? ਤਾਂ ਗੁਰੂ ਨਾਨਕ ਜੀ ਅੱਗੇ ਤੇ ਚੁੱਪ ਕਰ ਰਿਹਾ, ਬੋਲੇ ਨਾਹੀਂ। ਤਾਂ ਕਾਲੂ ਬਹੁਤ ਸਿੱਥਾ ਹੋਇਆ ਔਰ ਸਿੱਥਾ ਹੋਏ ਕਰ ਆਖਣ ਲੱਗਾ, ਜਾ ਬਾਬਾ, ਮੇਰੇ ਘਰੋਂ ਨਿਕਲ ਜਾ, ਮੈਂ ਤੇਰਾ ਫਰੂ ਨਹੀਂ, ਮੈਂ ਬਹੁਤ ਭੌਂਕ ਭੌਂਕ ਰਿਹਾ ਹਾਂ, ਤੂੰ ਸਮਝਦਾ ਹੀ ਕੁਝ ਨਹੀਂ, ਮੇਰੇ ਆਖਣ ਦੀ ਬਾਤ ਤੇਰੇ ਮਨ ਵਿੱਚ ਕੋਈ ਨਹੀਂ ਆਉਂਦੀ, ਨਾ ਤੂੰ ਮੇਰੇ ਕਹੇ ਨੂੰ ਸਮਝਦਾ ਹੈ। ਰਾਏ ਬੁਲਾਰ ਨੇ ਇਹ ਬਾਤ ਸੁਣ ਕਰ ਕਾਲੂ ਨੂੰ ਬੁਲਾਇਆ। ਜਿਸ ਵਕਤ ਕਾਲੂ ਆਇਆ ਤਾਂ ਰਾਏ ਬੁਲਾਰ ਨੇ ਆਖਿਆ, ਆਵੋ ਕਾਲੂ, ਵੱਤ ਕਿਆ ਹੋਇਆ ਹੈ? ਤਾਂ ਕਾਲੂ ਨੇ ਕਿਹਾ, ਰਾਏ ਜੀ, ਭੱਸ ਹੋਇਆ ਹੈ, ਛਾਪ ਅਰ ਗੜਵਾ ਕਿਤੇ ਵੱਲ ਸੱਟ ਆਇਆ ਹੈ,
ਜਾਣਿਆ ਨਹੀਂ ਜਾਂਦਾ ਜੋ ਕਿਆ ਕੀਤਾ। ਤਾਂ ਰਾਏ ਆਖਿਆ, ਕਾਲੂ ਨਾਨਕ ਨੂੰ ਜੈ ਰਾਮ ਪਾਸ ਘਾਲ ਦਿੰਦੇ ਹਾਂ, ਇੱਥੇ ਤੂੰ ਵੀ ਰੋਜ਼ ਖਪਦਾ ਹੈ ਅਤੇ ਨਾਨਕ ਜੀ ਵੀ ਰਾਂਝ ਰਹਿੰਦਾ ਹੈ, ਉੱਥੇ ਹੀ ਕੁਛ ਕੰਮ ਕਾਰ ਕਰੇਗਾ। ਕਾਲੂ ਆਖਿਆ, ਜੀ ਜਿਵੇਂ ਤੁਹਾਡੀ ਰਜਾਏ। ਤਾਂ ਰਾਏ ਜੀ ਇੱਕ ਚਿੱਠੀ ਆਪਣੇ ਦਸਖਤੀ ਲਿਖ ਦਿੱਤੀ। ਚਿੱਠੀ ਵਿੱਚ ਇਹ ਲਿਖਿਆ, ਭਾਈਆ ਜੈ ਰਾਮ, ਅਸੀਂ ਨਾਨਕ ਜੀ ਨੂੰ ਤੇਰੇ ਪਾਸ ਭੇਜਿਆ ਹੈ, ਤੁਸਾਂ ਇਸ ਦੀ ਖਾਤਰ ਕਰਨੀ, ਜੋ ਕੁਛ ਤੁਸਾਂ ਪਾਸੋਂ ਹੋਏ ਆਵੇ ਸੋ ਢਿੱਲ ਨਹੀਂ ਕਰਨੀ, ਕਿਸੇ ਕੰਮ ਨੂੰ ਲਾਏ ਦੇਣਾ, ਨਾਨਕ ਜੀ ਨੂੰ ਸਾਲਾ ਕਰਕੇ ਨਾ ਜਾਣੀ, ਇਹ ਖੁਦਾਏ ਹੈ। ਤਾਂ ਚਿੱਠੀ ਨਾਨਕ ਜੀ ਨੂੰ ਦਿੱਤੀ। ਤਾਂ ਰਾਏ ਨੂੰ ਮਿਲ ਕੇ ਤਿਆਰ ਹੋਏ। ਫਿਰ ਨਾਨਕ ਜੀ ਮਾਤਾ ਪਿਤਾ ਨੂੰ ਮਿਲ ਕੇ ਟੁਰਨ ਲੱਗਾ। ਤਾਂ ਮਾਤਾ ਬੈਰਾਗ ਕਰਨ ਲੱਗੀ, ਆਖਣ ਲੱਗੀ, ਨਾਨਕ ਮੇਰੇ ਪਾਸ ਸੀ ਤਾਂ ਤਰਵਾ ਸੀ, ਹੁਣ ਪ੍ਰਦੇਸ ਚੱਲਿਆ ਹੈ, ਕਿਆ ਜਾਣੇ ਆਵੇ ਕਿ ਨਾ ਆਵੇ। ਤਾਂ ਨਾਨਕ ਜੀ ਆਖਿਆ, ਮਾਤਾ ਜੀ ਅਸੀਂ ਇੱਥੇ ਤਾਂ ਸਾਡਾ ਕੰਮ ਹੀ ਕਰਦੇ ਆਹੇ, ਔਰ ਉੱਥੇ ਅਸਾਂ ਕੀ ਕਰਨਾ ਹੈ। ਤਾਂ ਮਾਤਾ ਕਿਹਾ, ਪੁੱਤਰ ਕੰਮ ਭਾਵੇਂ ਕਰਦਾ ਸੈਂ ਭਾਵੇਂ ਨਹੀਂ ਸੈਂ ਕਰਦਾ, ਪਰ ਮੇਰੇ ਨੇਤਰ ਠੰਡੇ ਸਨ, ਮੇਰੇ ਭਾਣੇ ਸਾਰਾ ਜਹਾਨ ਸੁਖੀ ਵੱਸਦਾ ਸੀ। ਤਾਂ ਸ੍ਰੀ ਨਾਨਕ ਜੀ ਕਿਰਪਾ ਦ੍ਰਿਸ਼ਟੀ ਕਰਕੇ ਮਾਤਾ ਦਾ ਮੋਹ ਦੂਰ ਕਰਕੇ ਕਿਹਾ, ਮਾਤਾ ਜੀ ਪਰਮੇਸ਼ਰ ਸਿਮਰਨ ਕਰਨਾ ਔਰ ਸਭ ਨੂੰ ਮਿਲ ਕਰ ਔਰ ਬਾਲੇ ਨੂੰ ਨਾਲ ਲੈ ਕਰ ਕਿਰਪਾ ਦ੍ਰਿਸ਼ਟੀ ਸੇ ਉੱਥੋਂ ਵਿਦਾ ਹੋਤੇ ਪਏ। ਤਾਂ ਗੁਰੂ ਨਾਨਕ ਜੀ ਤਲਵੰਡੀ 'ਤੇ ਪੰਜਵੇਂ ਦਿਨ ਸੁਲਤਾਨਪੁਰ ਜਾਏ ਵੜੇ। ਸੰਮਤ 1544 ਮੱਘਰ ਸੁਦੀ ਸੱਤਵੀਂ ਨੂੰ ਨਾਨਕ ਜੀ ਅਤੇ ਬੇਬੇ ਨਾਨਕੀ ਜੀ ਨੂੰ ਜਾਏ ਮਿਲੇ। ਤਾਂ ਬੇਬੇ ਨਾਨਕੀ ਜੀ ਗੁਰੂ ਨਾਨਕ ਦਿਆਂ ਪੈਰਾਂ 'ਤੇ ਢਹਿ ਪਈ। ਤਾਂ ਗੁਰੂ ਨਾਨਕ ਜੀ ਕਿਹਾ, ਬੇਬੇ ਤੂੰ ਵੱਡੀ ਹੈ, ਸਗੋਂ ਮੈਂ ਤੇਰਿਆਂ ਪੈਰਾਂ 'ਤੇ ਪਵਾਂ ਕਿ ਤੂੰ ਮੇਰਿਆਂ ਪੈਰਾਂ 'ਤੇ ਪਵੇਂ। ਤਾਂ ਬੇਬੇ ਨਾਨਕੀ ਜੀ ਨੇ ਕਿਹਾ, ਭਾਈ ਜੀ ਤੂੰ ਸੱਚ ਆਖਦਾ ਹੈ, ਪਰ ਜੇ ਤੂੰ ਆਦਮੀ ਹੋਵੇਂ ਤਾਂ ਇਹ ਬਾਤਾਂ ਕਰਾਂ, ਅਤੇ ਤੂੰ ਤਾਂ ਮੈਨੂੰ ਪਰਮੇਸ਼ਰ ਹੀ ਨਜ਼ਰ ਆਉਂਦਾ ਹੈ, ਤਾਂ ਅੱਗੋਂ ਜੈ ਰਾਮ ਘਰ ਨਹੀਂ ਆਹਾ। ਤਾਂ ਬੇਬੇ ਨਾਨਕੀ ਨੇ ਗੁਰੂ ਨਾਨਕ ਜੀ ਨੂੰ ਪੀੜਾ ਪਾਏ ਦਿੱਤਾ ਅਤੇ ਬਾਬਾ ਜੀ ਬੈਠ ਗਏ ਅਤੇ ਲੱਗੀ ਪੁੱਛਣ, ਕਿਉਂ ਭਾਈ ਜੀ ਬਹੁਤ ਖੁਸ਼ੀ ਹੋ? ਤਾਂ ਗੁਰੂ ਨਾਨਕ ਜੀ ਵਾਰਤਾ ਕਰਨੇ ਲੱਗੇ ਹੀ ਆਹੇ ਇੱਚਰਾਂ ਨੂੰ ਜੈ ਰਾਮ ਪੀ ਘਰ ਆਏ ਵੜਿਆ ਜਾਂ ਆਏ ਘਰ ਦੇਖੇ, ਤਾਂ ਗੁਰੂ ਨਾਨਕ ਜੀ ਘਰ ਬੈਠਾ ਹੈ ਅਤੇ ਗੁਰੂ ਨਾਨਕ ਜੀ ਨੇ ਵੀ ਡਿੱਠਾ ਜੋ ਜੀਜਾ ਜੈ ਰਾਮ ਪੀ ਆਇਆ ਹੈ। ਤਾਂ ਗੁਰੂ ਨਾਨਕ ਜੀ ਉੱਠ ਕੇ ਜੈ ਰਾਮ ਦੇ ਪੈਰਾਂ 'ਤੇ ਢਹਿ ਪਏ।
ਅਤੇ ਜੈ ਰਾਮ ਵੀ ਸਿਆਣਾ ਸੀ ਤਾਂ ਜੈ ਰਾਮ ਨੇ ਗੁਰੂ ਨਾਨਕ ਜੀ ਦੇ ਹੱਥ ਪਕੜ ਲਿੱਤੇ ਅਤੇ ਆਪ ਗੁਰੂ ਨਾਨਕ ਜੀ ਦੇ ਪੈਰਾਂ 'ਤੇ ਹੱਥ ਰੱਖੇ ਤਾਂ ਗੁਰੂ ਨਾਨਕ ਜੀ ਆਖਿਆ, ਜੀਜਾ ਜੀ ਇਹ ਅਪੁੱਠੀ ਰੀਤੀ ਕਿਉਂ ਕੀਤੀ ਆ? ਤਾਂ ਜੈ ਰਾਮ ਨੇ ਆਖਿਆ, ਹੇ ਨਾਨਕ ਜੀ, ਤੁਸੀਂ ਜਾਣਦੇ ਹੋਵੋਗੇ ਜੋ ਇਹ ਅਸੀਂ ਸਾਲਾ ਜੀਜਾ ਆਹੇ ਔਰ ਮੈਂ ਤਾਂ ਤੈਨੂੰ ਪਰਮੇਸ਼ਰ ਹੀ ਕਰਕੇ ਜਾਣਦਾ ਹਾਂ ਔਰ ਮੇਰੇ ਭਾਗ ਵੱਡੇ ਹੋਏ ਹਨ ਜੋ ਤੁਸੀਂ ਮੇਰੇ ਪਾਸ ਆਏ ਪਹੁੰਚੇ ਹੋ ਔਰ ਮੈਨੂੰ ਦਰਸ਼ਨ ਦਿੱਤਾ ਹੈ ਜੀ ਔਰ ਮੈਂ ਨਿਹਾਲ ਹੋਇਆ ਹਾਂ ਪਰ ਜੀ ਹੁਣ ਤੁਸੀਂ ਕਰੋ ਕੁਛ ਨਹੀਂ ਜੀ ਔਰ ਬੈਠੇ ਸਹਿਜ ਨਾਲ ਪਰਮੇਸ਼ਰ ਦੇ ਗੁਣ ਗਾਓ ਔਰ ਗੁਜਰਾਨ ਕਰੋ। ਤਾਂ ਗੁਰੂ ਜੀ ਨੇ ਅੱਗੋਂ ਆਖਿਆ, ਭਲਾ ਜੀਜਾ ਜੀ ਪਰ ਕੁਛ ਕਿਰਤ ਹੋ ਇਹ ਆਵੇ ਤਾਂ ਬਹੁਤ ਭਲੀ ਗੱਲ ਹੈ। ਤਾਂ ਜੈ ਰਾਮ ਨੇ ਆਖਿਆ, ਭਾਈ ਜੇ ਤੁਹਾਡੀ ਜੀ ਵਿੱਚ ਉਪਜੀ ਹੈ ਤਾਂ ਇਹ ਭਲੀ ਗੱਲ ਹੈ। ਤਾਂ ਜੈ ਰਾਮ ਨੇ ਪੁੱਛਿਆ, ਹੇ ਨਾਨਕ ਜੀ ਤੁਸੀਂ ਕੁਛ ਤੁਰਕੀ ਵੀ ਪੜ੍ਹੇ ਹੋ? ਤਾਂ ਗੁਰੂ ਨਾਨਕ ਜੀ ਕਿਹਾ, ਜੀਜਾ ਜੀ ਅਸੀਂ ਹਿੰਦਗੀ ਪੜ੍ਹੇ ਹਾਂ। ਤਾਂ ਜੈ ਰਾਮ ਨੇ ਆਖਿਆ, ਹੇ ਸ਼੍ਰੀ ਨਾਨਕ ਜੀ ਮੈਂ ਤੁਹਾਨੂੰ ਮੋਦੀਖਾਨਾ ਨਵਾਬ ਦਾ ਲੈ ਦੇਵਾਂ। ਤਾਂ ਗੁਰੂ ਨਾਨਕ ਜੀ ਆਖਿਆ, ਕਿਹੜੇ ਨਵਾਬ ਦਾ ਮੋਦੀਖਾਨਾ ਲੈ ਦੇਵਦੇ ਹੋ? ਤਾਂ ਜੈ ਰਾਮ ਨੇ ਆਖਿਆ, ਨਾਨਕ ਜੀ ਨਵਾਬ ਦੌਲਤ ਖਾਂ ਲੋਧੀ ਦਾ, ਇਸ ਦਾ ਮੋਦੀਖਾਨਾ ਵੱਡਾ ਹੈ ਤਾਂ ਸਾਡੇ ਪਾਸੋਂ ਜੇਕਰ ਹੋਏ ਆਵੇ ਉਹ ਕਿਰਤ ਕਰੋ। ਤਾਂ ਗੁਰੂ ਨਾਨਕ ਜੀ ਆਖਿਆ, ਭਲਾ ਜੈ ਰਾਮ ਜੀ ਜੇ ਕਰਤਾਰ ਨਿਬਾਹ ਕਰ ਦੇਵੇਗਾ ਤਾਂ ਅਸੀਂ ਉਹ ਕਿਰਤ ਕਰਾਂਗੇ। ਤਾਂ ਗੁਰੂ ਨਾਨਕ ਜੀ ਦੀ ਭੈਣ ਬੇਬੇ ਨਾਨਕੀ ਜੀ ਬੋਲੀ, ਭਾਈ ਜੀ ਤੂੰ ਤਾਂ ਪਰਮੇਸ਼ਰ ਦਾ ਰੂਪ ਹੈ, ਜੈਸਾ ਰਿਜਕ ਪਰਮੇਸ਼ਰ ਨੇ ਦਿੱਤਾ ਹੈ ਤੂੰ ਵੀ ਬੈਠਾ ਖਾ ਅਤੇ ਅਸੀਂ ਵੀ ਪਰਮੇਸ਼ਰ ਦੇ ਦਿੱਤੇ ਵਿੱਚੋਂ ਖਾਂਦੇ ਹਾਂ, ਤੂੰ ਇਹਨਾਂ ਜੰਜਾਲਾਂ ਵਿੱਚ ਨਾ ਪਾਓ। ਤੂੰ ਸ੍ਰੀ ਨਿਰੰਕਾਰ ਜੀ ਦਾ ਭਗਤ ਹੈ ਅਤੇ ਫਕੀਰਾਂ ਦਾ ਦੋਸਤ ਮਿਲਣੇ ਵਾਲਾ ਹੈ। ਤਾਂ ਅੱਗੋਂ ਗੁਰੂ ਨਾਨਕ ਜੀ ਆਖਿਆ, ਭਲਾ ਬੇਬੇ ਜੀ ਜਿਵੇਂ ਤੁਸੀਂ ਆਖਸੋ ਤਿਉਂ ਹੀ ਕਰਾਂਗੇ ਅਤੇ ਕਿਰਤ ਕਰਕੇ ਖਾਈਦਾ ਹੈ ਤਾਂ ਪਵਿੱਤਰ ਹੋਵੀਦਾ ਹੈ। ਔਰ ਤੁਸਾਂ ਨੇ ਵੀ ਇਹੋ ਕਿਹਾ ਹੈ ਜੋ ਹੱਕ ਹਲਾਲ ਕਰਕੇ ਖਾਣਾ ਭਲਾ ਹੈ। ਤਾਂ ਨਾਨਕੀ ਜੀ ਨੇ ਆਖਿਆ, ਭਲਾ ਭਾਈ ਜੀ ਜਿਉਂ ਤੁਹਾਡੀ ਮਰਜ਼ੀ ਹੈ, ਜਿਉਂ ਤੁਹਾਡੇ ਜੀ ਵਿੱਚ ਉਪਜੀ ਹੈ ਸਾਈ ਭਲੀ ਗੱਲ ਹੈ। ਤਾਂ ਫਿਰ ਨਾਨਕੀ ਜੀ ਨੇ ਜੈ ਰਾਮ ਨੂੰ ਪੁੱਛਿਆ, ਜੋ ਜੀ ਇਸ ਦੇ ਹਾਲ ਦੇ ਆਪ ਮਹਿਰਮ ਹੋ ਕੇ ਨਹੀਂ ਜੀ? ਤਾਂ ਜੈ ਰਾਮ ਬੋਲਿਆ, ਹੇ ਬੰਦੀ ਪਰਮੇਸ਼ਰ ਦੀ ਮੈਂ ਮਹਿਰਮ ਹਾਂ। ਤਾਂ ਨਾਨਕੀ ਜੀ ਆਖਿਆ, ਸੁਣੋ ਜੀ ਇਸ ਦੀ ਕਥਾਓਂ ਕਹਾਣੀ ਵੀ ਕਰੀਏ ਜੀ ਤਾਂ ਇਸ ਦਾ ਗ੍ਰਸਤ ਨਾਲ ਮੋਹ ਪੈ ਜਾਏਗਾ, ਤਾਂ ਇਸ ਪਾਸੋਂ ਕਿਰਤ ਵੀ ਹੋਈ ਆਵੇਗੀ। ਤਾਂ ਜੈ ਰਾਮ ਨੇ ਆਖਿਆ, ਹੇ ਬੰਦੀ ਪਰਮੇਸ਼ਰ ਦੀ ਜਾਂ ਇਹ ਕਿਰਤ ਲੱਗੇਗਾ ਤਾਂ ਕੋਈ ਖਤਰੇਟਾ
ਇਸ ਦੀ ਕਹਾਣੀ ਵੀ ਕਰ ਜਾ ਸੀ, ਤੂੰ ਉਤਾਵਲੀ ਨਾ ਹੋ, ਪਰਮੇਸ਼ਰ ਨੂੰ ਚਿੱਤ ਕਰ, ਸਭ ਕੁਛ ਅੱਛਾ ਹੋਏ ਜਾਵੇਗਾ। ਮਨੁੱਖਾਂ ਨੂੰ ਕਿਰਤ ਕਰਕੇ ਖਾਣਾ ਵਾਜਬ ਹੈ, ਜਾਂ ਇਹ ਕਿਰਤ ਲੱਗੇਗਾ, ਚਾਰ ਪੈਸੇ ਇਸ ਦੇ ਪਾਸ ਹੋਵਣਗੇ, ਇਸ ਇਤਬਾਰ ਬਣੇਗਾ, ਤਾਂ ਦੇ ਕੇ ਲੋਕ ਕਹਾਣੀ ਵੀ ਕਰ ਦਿੰਦੇ ਹਨ। ਪਰਮੇਸ਼ਰ ਅੱਛੀ ਕਰੇਗਾ ਤਾਂ ਨਾਨਕੀ ਨੇ ਆਖਿਆ, ਭਲਾ ਜੀ, ਮੈਂ ਤਾਂ ਤੁਹਾਡੇ ਕੋਲੋਂ ਸਿਆਣੀ ਨਹੀਂ ਜੀ, ਪਰ ਜੀ ਤੁਹਾਨੂੰ ਆਖ ਛੱਡਣਾ ਸੀ ਤਾਂ ਜੈ ਰਾਮ ਨੇ ਮੱਘਰ ਸੁਦੀ ਚੌਦਸ ਨੂੰ ਬਾਬੇ ਨਾਨਕ ਜੀ ਦਾ ਨਵਾਬ ਦੌਲਤ ਖਾਨ ਨਾਲ ਮੇਲ ਕਰਾਇਆ। ਬਾਬਾ ਨਾਨਕ ਜੀ ਅਤੇ ਜੈ ਰਾਮ ਅਗਲੇ ਦਿਨ ਨਵਾਬ ਪਾਸ ਗਏ। ਜੈ ਰਾਮ ਨੇ ਆਖਿਆ, ਨਵਾਬ ਜੀ, ਆਪ ਮੋਦੀ ਖਾਨੇ ਵਾਸਤੇ ਕਿਹਾ ਸੀ, ਸੋ ਇਹ ਨਾਨਕ ਨਾਮ ਇਸਦਾ ਹੈ, ਮੋਦੀ ਖਾਨੇ ਦਾ ਕਾਰ ਕੰਮ ਇਸ ਨੂੰ ਦਿਓ। ਨਵਾਬ ਦੇਖ ਕਰ ਖੁਸ਼ੀ ਹੋਇਆ ਅਤੇ ਕਿਹਾ, ਹੇ ਜੈ ਰਾਮ, ਇਹ ਬਹੁਤ ਹੁਸ਼ਿਆਰ ਨਜ਼ਰ ਆਉਂਦਾ ਹੈ, ਮੋਦੀ ਖਾਨਾ ਬਹੁਤ ਅੱਛਾ ਚਲਾਵੇਗਾ। ਸੋ ਬੜੀ ਪ੍ਰਸੰਨਤਾ ਨਾਲ ਨਵਾਬ ਕੋਲੋਂ ਜੈ ਰਾਮ ਨੇ ਮੋਦੀ ਖਾਨਾ ਗੁਰੂ ਨਾਨਕ ਜੀ ਨੂੰ ਦਿਵਾਇਆ। ਬੇਬੇ ਜੀ ਨੂੰ ਬਹੁਤ ਖੁਸ਼ੀ ਹੋਈ, ਜੋ ਭਾਈ ਜੀ ਕਿਰਤੇ ਲੱਗਾ। ਸਾਖੀ ਸਮਾਪਤ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।